ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਮੇਰੇ ਦੋਸਤਾਂ ਨੂੰ ਅਸਲਾਮੁ ਅਲੈਕੁਮ ਸਾਰਿਆਂ ਨੂੰ ਦੇਖਣ ਵਾਲੇ। ਪਾਲਕ ਦਾ ਰੇਟ ਹੈ ਅੱਜ 200 ਰੁਪਈਆ, ਚੰਗੀ ਪਾਲਕ ਜਿਹੜੀ ਉਹ ਵੀ 200 ਰੁਪਈਆ ਅੱਜ ਰੇਟ। ਅਤੇ ਦੂਸਰਿਆਂ ਸੌਦਿਆਂ ਦੇ ਵੀ ਇਨਸ਼ਾਅੱਲਾ ਰੇਟ ਪੁੱਛਾਂਗੇ ਕਿ ਕੀ ਰੇਟ ਚੱਲਦੇ ਪਏ। ਭਾਵੀ ਲਿਆ ਅਸਲਾਮੁ ਅਲੈਕੁਮ, ਕੀ ਰੇਟ ਹੈ ਸ਼ਲਜਮ? ਹੈ 300। ਬੈਂਗਣ 200। ਘੀਆ ਅੱਛਾ ਸਰ ਜੀ, ਅੱਜ ਮਟਰਾਂ ਦਾ ਰੇਟ ਦੱਸੋ। ਨਵੇਂ ਸ਼ਲਜਮ ਖੀਰਾ 700 ਰੁਪਏ, ਬੰਦ ਗੋਭੀ 500। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ। ਤੇ ਕਰੇਲੇ ਦਾ ਵੀ ਰੇਟ ਦੱਸ ਦਿਓ। ਕਰੇਲਾ 1000 ਵਿੱਚ ਹੈ, ਸ਼ਾਪਰ 900 ਦਾ ਚਾਹੇ। ਬੜੀ ਗੱਲ ਹੈ, ਡੇਢ ਫੁੱਟ ਦਾ ਹੈਗਾ। ਲੋਕੀ ਕੀ ਆ ਸ਼ਾਹ ਜੀ, ਇਹਦਾ ਰੇਟ ਕੀ? 200 ਰੁਪਏ ਧੜੀ ਅੱਜ ਪਾਇਆ ਬਸ। 200 ਰੁਪਏ ਧੜੀ, ਮਾਸ਼ਾਅੱਲਾ। ਕੀਆ ਕਿਤੇ 150 ਰੁਪਈਆ, ਕਿਤੇ 200 ਰੁਪਈਏ, ਬੈਂਗਣ 100 ਰੁਪਈਏ, ਕਿਤੇ 200 ਰੁਪਈਏ। ਬਸ ਅੱਛੇ ਮਾੜੇ ਚੀਜ਼ ਹੈ, ਯਾਨੀ ਚੰਗੀ ਚੀਜ਼ ਜਿਹੜੀ ਉਹਦਾ ਚੰਗਾ ਰੇਟ ਹੈ, ਜਿਹੜਾ ਮਾੜੀ ਚੀਜ਼ ਉਹਦਾ ਮਾੜਾ ਰੇਟ ਹੈ। ਗੋਭੀ ਦਾ ਰੇਟ ਆ, ਮੌਲਵੀ ਕੀ ਹਾਲ ਹੈ? ਗੋਭੀ ਦਾ ਰੇਟ ਤਾਂ ਦੱਸੋ। 400। ਮਾਸ਼ਾਅੱਲਾ ਜੀ, ਬੈਂਗਣ ਜਿਹੜਾ 200, 150, 200, 150, ਘੀਆ ਵੀ 200, 150। ਠੀਕ ਹੈ, ਬੈਂਗਣ 100 ਰੁਪਏ ਧੜੀ। ਆਹੋ, ਕਈ 100 ਵੀ ਦਿੰਦੇ ਪੈਣ, ਕਈ 150 ਵੀ ਦਿੰਦੇ ਨੇ। ਪਤਾ ਕੀ ਗੱਲ, ਹੁਣ ਥੋੜ੍ਹਾ ਲੇਟ ਹੋ ਗਿਆ ਨਾ, ਤੇ ਹੁਣ ਗਾਹਕ ਨੇ ਰੇਟ ਵਧਾ ਦੇਣਾ ਇਹਨਾਂ। ਠੀਕ ਹੈ ਨਾ, ਗੋਭੀ ਸਰ ਜੀ ਅੱਗੇ ਤਾਂ 400 ਦੇ ਰਹੇ, ਲੇਕਿਨ ਹੁਣ ਇਹਨਾਂ ਰੇਟ ਵਧਾ ਸੱਤ ਪੰਜਾਂ ਕੀ ਕਹਿ ਰਿਹਾ ਕਿ ਹੁਣ ਉਹਨਾਂ ਨੇ ਰੇਟ ਵਧਾਉਣਾ। ਥੋੜ੍ਹਾ ਜਿਹਾ ਲੇਟ ਹੋ ਜਾਵੇ ਨਾ, ਸੁਬਾਹ ਦਾ ਟਾਈਮ ਹੋਰ ਹੁੰਦਾ, 7-8 ਵਜੇ ਦਾ ਟਾਈਮ ਹੋਰ ਹੁੰਦਾ, 10 ਵਜੇ ਦਾ ਟਾਈਮ ਹੋਰ ਹੁੰਦਾ। ਛੋਟੇ ਬਾਈ ਕੀ ਰੇਟ ਅੱਜ? 600 ਰੁਪਏ ਕਿਲੋ ਵੱਧ ਗਿਆ। ਚਾਈਨਾ ਤੋਂ 450। ਦੇਸੀ ਦੇਸੀ 400। ਅਸਲਾਮ ਅਲੈਕੁਮ। ਅੱਛਾ ਸਰ ਜੀ, ਜਿਹੜੀਆਂ ਤੁਹਾਡੇ ਕੋਲ ਸਬਜ਼ੀਆਂ ਮੌਜੂਦ ਪਈਆਂ ਨਾ, ਇਹਨਾਂ ਦਾ ਜ਼ਰਾ ਮਿਹਰਬਾਨੀ ਕਰੋ ਰੇਟ ਲਾ। ਫਲੀਆਂ ਵੀ 500 ਤੇ ਗਾਜਰਾਂ ਵੀ 500 ਧੜੀ। ਠੀਕ ਹੈ ਨਾ, 100 ਰੁਪਏ ਕਿਲੋ। ਤੇ ਖਰੀਦਣ ਵਾਲਾ ਜ਼ਰਾ ਮਿਹਰਬਾਨੀ ਕਰੋ, ਵੇਖ ਕੇ ਚੀਜ਼ ਖਰੀਦੋ। ਠੀਕ ਹੈ ਨਾ, 100 ਰੁਪਏ ਕਿਲੋ ਪਹਿਲੇ ਵੀਡੀਓ ਵੇਖੀ ਕਰੋ, ਬਾਅਦ ਤੇ ਚੀਜ਼ ਖਰੀਦ। ਕੱਲ ਮਾਜ਼ਰ ਚਾਹੁੰਦੇ ਹਾਂ ਕਿ ਥੋੜ੍ਹਾ ਜਿਹਾ ਲੇਟ ਆਈ ਹੈ ਵੀਡੀਓ। ਭਿੰਡੀ ਦਾ ਰੇਟ ਅੱਜ 300 ਰੁਪਈਆ, 350 ਰੁਪਈਆ, ਇਹੋ ਰੇਟ ਹੈ ਭਿੰਡੀ ਦਾ। ਠੀਕ ਹੈ ਨਾ, ਨਿੰਬੂ ਦਾ ਰੇਟ ਅੱਜ 200-250, 200-250। ਇਹ ਬਜ਼ੁਰਗ ਸਾਡੇ ਬੈਠੇ ਹੋਏ ਸ਼ਹਿਜ਼ਾਦੇ, ਦੇਖ ਲਾ ਅੱਜ ਨਿੰਬੂ ਜਿਹੜਾ ਨਾ ਟੁੱਟ ਗਿਆ। ਲਾਲਾ ਫਲੀਆਂ ਦਾ ਰੇਟ ਕੀ? 600 ਰੁਪਏ ਧੜੀ, 120 ਰੁਪਏ ਕਿਲੋ। ਮਾਸ਼ਾਅੱਲਾ, ਅਸੀਂ ਤੁਹਾਨੂੰ ਰੇਟ ਪੂਰਾ ਚੀਜ਼ਾਂ ਦਾ ਦੱਸ ਰਹੇ ਹਾਂ ਕਿ ਇਹ ਰੇਟ ਹੈ। ਅਤੇ ਅੱਜ ਮਾਸ਼ਾਅੱਲਾ ਗਾਹਕ ਵੀ ਹੈ, ਅੱਜ ਹਫ਼ਤਾ ਹੈ, ਹਫ਼ਤੇ ਦਾ ਦਿਨ ਹੈ, ਅੱਜ ਗਾਹਕ ਵੀ ਹੈ ਮਾਸ਼ਾਅੱਲਾ। ਠੀਕ ਹੈ ਨਾ, ਬਸ ਅੱਜ ਥੋੜ੍ਹਾ ਜਿਹਾ ਰੇਟ ਹੈ ਨਾ ਜ਼ਿਆਦਾ,
ਤੇ ਮਟਰਾਂ ਦਾ ਰੇਟ ਜ਼ਿਆਦਾ ਔਰ ਕਰੇਲੇ ਦਾ ਰੇਟ ਜ਼ਿਆਦਾ। ਲਾਲਾ ਕੀ ਰੇਟ ਹੈ ਮਟਰਾਂ ਦਾ? 100 ਦਾ ਫਰਕ ਪਾ ਛੱਡਿਆ, ਗਰਮੀ ਚੜ ਗਈ, ਗਰਮੀ ਚ। ਲਾਲਾ ਸਲਾਮ ਅਲੈਕੁਮ, ਲਾਲਾ ਕੀ ਰੇਟ ਹੈ ਸਹੀ ਜਿਹੜਾ ਰੇਟ ਜਾਨਵਰ ਹੋਰ ਦੱਸੀ? 400 ਚੰਗੀ ਜਿਹੜੀ 500 ਵੀ ਵਿਕਦੀ ਹੈ। ਹਾਂਜੀ ਦਾ ਦਿੱਤਾ ਜੀ, ਨਹੀਂ ਕੱਲ 400 ਆਈਆਂ, ਅੱਜ 500 ਹੋਈਆਂ ਨੇ। ਅਸਲਾਮ ਅਲੈਕੁਮ ਸਰ ਜੀ, ਅੱਜ ਚੰਗੀ ਗੋਭੀ ਦਾ ਰੇਟ ਦੱਸੋ ਨਾ ਸਰ ਜੀ, ਚੰਗੀ ਜਿਹੜੀ ਗੋਭੀ ਟੋਪ ਦੀ ਉਹਦਾ ਕਰੇ? 450 ਮਾਸ਼ਾਅੱਲਾ ਜੀ, 450। ਲੇਕਿਨ ਕਈ ਲੋਕ ਜਿਹੜਾ ਨਾ, ਕਈ ਲੋਕ ਫਾਇਦਾ ਉਠਾ ਵੀ ਲੈਂਦੇ, ਥੋੜ੍ਹਾ ਲੇਟ ਹੋ ਜਾਈਏ ਤੇ ਉਹ 500 ਵੀ ਵੇਚਦੇ। ਕਈ ਲੋਕ ਮੁਤਾਲਬਾ ਇਹ ਕਰਦੇ ਨੇ ਕਿ ਯਾਰ ਇਹ ਵੀ ਦੱਸ ਕਿਹੜੇ ਕਿਹੜੇ ਟਾਈਮ ਨਾਲ ਮਹਿੰਗੀਆਂ ਚੀਜ਼ਾਂ ਹੁੰਦੀਆਂ, ਕਿਹੜੇ ਟਾਈਮ ਨਾਲ ਸਸਤੀ। ਤੇ ਮੈਂ ਦੱਸਦਾ ਵੀ ਪਿਆ ਵੀ 9 ਵਜੇ ਦਾ ਰੇਟ ਹੋਰ ਹੁੰਦਾ, ਸੁਬਾ 6 ਵਜੇ ਦਾ ਰੇਟ ਹੋਰ ਹੁੰਦਾ। ਠੀਕ ਹੈ ਨਾ, ਥੋੜ੍ਹੀ ਜਿਹੀ ਕੋਈ ਚੀਜ਼ ਸ਼ਾਰਟ ਹੋਵੇ ਨਹੀਂ ਤਾਂ ਉਸ ਵਕਤ ਮਹਿੰਗੀ ਹੋ ਜਾਂਦੀ। ਲਾਲਾ ਲਾਲਾ ਮੂਲੀਆਂ ਦਾ ਕੀ ਰੇਟ ਹੈ ਜੀ? 500 ਦਾ ਗੱਠਾ ਜੀ, ਕੱਲ ਵਾਲਾ ਰੇਟ ਹੀ ਹੈਗਾ, ਅੱਜ ਹਫਤਾ ਹੈ ਨਾ। ਅਲੱਗ ਬੈਗ ਹੈ, ਇੰਨੀ ਗਰਮੀ, ਸ਼ਦੀਦ ਗਰਮੀ, ਮੈਂ ਆਪ ਖੁਦ ਬੈਠਾ ਹੋਇਆ ਕਿ ਦਿਲ ਨਹੀਂ ਕਰਦਾ ਟੁਰਨ ਤੋਂ। ਲੜੋ ਨਾ ਯਾਰ, ਸੌਦਾ ਕਰ ਲਓ, ਲੜੋ ਨਾ ਯਾਰ, ਕੀ ਕਰਨਾ, ਲੜਨਾ ਨੀ, ਪਿਆਰ ਨਾ ਕਰ ਲੋ ਪਿਆਰ ਨਾ ਕੀ ਯਾਨੀ ਗੁੱਸੇ ਵਾਲੀ ਰੇਟ ਕੀ ਲਾਇਆ ਹੈ? 1000 ਰੁਪਏ ਤੜੀ। ਲਾਲਾ ਕੀ ਰੇਟ ਬੰਦ ਗੋਭੀ ਦਾ? ਕੱਲ ਵਾਲਾ ਰੇਟ ਹੈ ਸੇਮ, ਅੱਜ ਤਾਂ ਹਫਤਾ, ਅੱਜ ਤਾਂ ਤੇਜ਼ੀ ਹੋਣੀ ਚਾਹੀਦੀ ਹੈ, ਅੱਜ ਹੈ ਤਾਂ ਵੈਸੇ ਤੇਜ਼ੀ। ਮਾਸ਼ਾਅੱਲਾ ਜੀ, ਤੁਹਾਡਾ ਧਨੀਆ ਜਿਹੜਾ ਅੱਜ 200-250 ਕਿਲੋ ਯਾਰ, ਸ਼ਿਲਾਦੇ ਮਿਰਚਾਂ, ਮਿਰਚਾਂ ਲਾਲਾ 500 ਦੇ ਰਹੇ ਨੇ, ਅਜੇ ਵੀ ਗਾਹਕ ਨਹੀਂ ਮੰਨਦਾ ਵੀ ਕਿਤੇ 700 ਆਏ ਹੈ, ਤੇ ਅਜੇ ਵੀ ਗਾਹਕ ਨਹੀਂ ਮੰਨ ਰਿਹਾ, ਗਾਹਕ ਕਹਿੰਦਾ ਨਹੀਂ। ਹਾਂਜੀ ਉਹੀ ਨਾ, ਮੈਂ ਉਹੀ ਕਹਿ ਰਿਹਾ, ਭਾਵੇਂ 450 ਗੋਂਗਲੂ ਕਹਿ ਰਿਹਾ, ਅਜੇ ਵੀ ਨਹੀਂ ਗਾਹਕ ਮੰਨਾ, ਤੇ 700 ਤੇ ਕਹਿੰਦਾ ਲਿਆ ਲਿਆ ਗੱਲ। ਮਾਸ਼ਾਅੱਲਾ ਜੀ ਵੇਖੋ ਨਾ, ਅਸੀਂ ਦਿਖਾ ਰਹੇ ਤੁਹਾਨੂੰ, ਗਾਹਕ ਵੀ ਹੈ, ਸੌਦੇ ਵੀ ਬੜੇ ਜ਼ਬਰਦਸਤ ਮਾਸ਼ਾਅੱਲਾ ਅੱਜ ਆਏ ਨੇ। ਲਾਲਾ ਕੀ ਰੇਟ ਪਾ ਰਿਹਾ? 250 ਰੁਪਏ ਦਾ ਤੜੀ। ਲਾਲਾ ਹੁਣ ਖੁਸ਼ ਨਹੀਂ ਹੋਏ, ਸੌਦੇ ਸਸਤੇ ਹੋਏ ਤਾਂ? ਰੰਗ ਰੰਗ ਲਾਲ,
ਇਹ ਚਿੱਟੇ ਤੋਂ ਲਾਲ ਕਰ ਛੱਡਿਆ ਜੇ, ਚਿੱਟੇ ਤੋਂ ਲਾਲ ਕਰ ਛੱਡਿਆ ਜੇ।